ਪੰਜਾਬ ਸਰਕਾਰ ਨੇ ਅਗਲੇ ਮਹੀਨੇ ਪੈरिस ਵਿੱਚ ਹੋਣ ਵਾਲੀਆਂ 올림픽ਸ ਖੇਡਾਂ ਦੇ ਵਿੱਚ ਹਿੱਸਾ ਲੈਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਨਵੀਂ ਖੇਡ ਨੀਤੀ ਮੁਤਾਬਿਕ 15-15 ਲੱਖ ਰੁਪਏ ਦੇਣ ਦਾ ਫੈਸਲਾ ਲਿਆ ਹੈ ਜਦ ਕਿ 올림픽ਸ ਦੇ ਵਿੱਚ ਸੋਨਾ, ਚਾਂਦੀ ਤੇ ਕਾਂਸੇ ਦੇ ਤਗਮਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਕਰਮਵਾਰ 3 ਕਰੋੜ, 2 ਕਰੋੜ ਤੇ 1 ਕਰੋੜ ਰੁਪਏ ਮਿਲਣਗੇ। ਇਹ ਫੈਸਲਾ ਇਹ ਐਲਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ ਹੈ। ਮੀਤ ਹੇਅਰ ਭਾਵੇਂ ਐਮਪੀ ਵਜੋਂ ਚੋਣ ਸੰਗਰੂਰ ਤੋਂ ਜਿੱਤ ਚੁੱਕੇ ਨੇ। ਪਰ ਉਹਨਾਂ ਨੇ ਹਲੇ ਵਿਧਾਨ ਸਭਾ ਸੀਟ ਅਤੇ ਮੰਤralਏ ਤੋਂ ਅਸਤੀਫਾ ਨਹੀਂ ਦਿੱਤਾ। ਹੇਰ ਨੇ ਕੱਲ ਪੰਜਾਬ ਸਿਵਲ ਸਕੱਤਰੇਤ ਵਿੱਚ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ 올림픽ਸ ਜਾਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਤਿਆਰੀ ਵਾਸਤੇ ਛੇਤੀ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਹੁਣ ਤੱਕ ਪੰਜਾਬ ਦੇ 6 ਨਿਸ਼ਾਨੇਬਾਜ਼ਾਂ ਦੀ 올림픽ਸ ਲਈ ਚੋਣ ਹੋ ਚੁੱਕੀ ਹੈ। ਹਾਕੀ ਨਿਸ਼ਾਨੇਬਾਜ਼ੀ ਤੇ ਐਥਲੈਟਿਕਸ ਦੇ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਖਿਡਾਰੀਆਂ ਦੀ ਚੋਣ ਹੋਣੀ ਬਾਕੀ ਹੈ। ਪਿਛਲੇ ਸਾਲ ਏਸ਼ੀਅਨ ਗੇਮਸ ਦੇ ਵਿੱਚ ਕਹਿੰਦੇ ਪੰਜਾਬੀ ਖਿਡਾਰੀਆਂ ਵੱਲੋਂ ਤਗਮੇ ਜਿੱਤਣ ਤੇ ਹਿੱਸਾ ਲੈਣ ਦੇ ਬਣਾਏ ਰਿਕਾਰਡ ਵਾਂਗੂ ਇਸ ਵਾਰ ਵੀ 올림픽ਸ ਦੇ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਰਿਕਾਰਡ ਬਣਾਉਣਗੇ ਸੁਪ ਵਿੱਚ ਖੇਡ ਨਰਸਰੀਆਂ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਹੈ ਚੋਣ ਜਾਬਤਾ ਲੱਗਣ ਕਰਕੇ ਆਰਜੀ ਤੌਰ ਤੇ ਜ਼ਰੂਰ ਰੁਕ ਗਿਆ ਸੀ ਪਰ ਹੁਣ ਫਿਰ ਚਾਲੂ ਹੋ ਜਾਊਗਾ ਸੈਂਟਰ ਸਰਕਾਰ ਨੇ ਇੱਕ ਵਾਰੀ ਫੇਰ ਅਜੀਤ ਡੋਵਾਲ ਨੂੰ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ ਤੇ ਲਗਾਤਾਰ ਤੀਸਰੀ ਵਾਰ ਉਹ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਬਣਾ ਦਿੱਤੇ ਗਏ ਨੇ ਉੱਗੇ ਅਫਸਰ ਪੀਕੇ ਮਿਸ਼ਰਾ ਨੂੰ ਪ੍ਰਧਾਨ ਮੰਤਰੀ ਮੋਦੀ 5 ਸਾਲ ਲਈ ਫਿਰ ਤੋਂ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਸਾਬਕਾ ਆਈਐਸ ਅਧਕਾਰੀਆਂ ਅਮਿਤ ਖਰੇ ਅਤੇ ਤਰਣ ਕੁਪੂਰ ਨੂੰ ਪ੍ਰਧਾਨ ਮੰਤਰੀ ਦੇ ਸਲਾਹਕਾਰ ਵਜੋਂ 2 ਸਾਲ ਲਈ ਫਿਰ ਨਿਯੁਕਤ ਕਰ ਦਿੱਤਾ ਗਿਆ ਹੈ ਯਾਨੀ ਕਿ ਉਹੀ ਚਿਹਰੇ ਸਾਰੇ ਨਿਯੁਕਤ ਕੀਤੇ ਗਏ ਨੇ ਯਾਨੀ ਕਿ ਭਾਵੇਂ ਐਨਡੀਏ ਦੀ ਸਰਕਾਰ ਹੈ ਗੱਠਜੋੜ ਦੀ ਸਰਕਾਰ ਹੈ ਪਰ ਅਹੁਦੇ ਨਿਯੁਕਤ ਕਰਨ ਦੇ ਵਿੱਚ ਬੀਜੇਪੀ ਦੀ ਹੀ ਚੱਲ ਰਹੀ ਹੈ ਡੋਵਾਲ ਪਹਿਲੇ ਐਨਐਸਏ ਬਣ ਗਏ ਨੇ ਜਿਨ੍ਹਾਂ ਦੀ ਇਸ ਅਹਿਮ ਅਹੁਦੇ ਤੇ ਲਗਾਤਾਰ ਤੀਜੀ ਵਾਰੀ ਨਿਯੁਕਤੀ ਕੀਤੀ ਗਈ ਹੈ ਪਰਸੋਨਲ ਮੰਤਰਾਲੇ ਮੁਤਾਬਕ ਕੈਬਨਟ ਦੀਆਂ ਨਿਯੁਕਤੀਆਂ ਬਾਰੇ ਕਮੇਟੀ ਨੇ ਇਹਨਾਂ ਨਿਯੁਕਤੀਆਂ ਨੂੰ 10 ਜੂਨ ਤੋਂ ਪ੍ਰਵਾਨਗੀ ਦੇ ਦਿੱਤੀ ਹੈ। ਡੋਵਾਲ ਅਤੇ ਮਿਸ਼ਰਾ ਦੋਵਾਂ ਨੂੰ ਕੈਬਨਟ ਮੰਤਰੀ ਦਾ ਦਰਜਾ ਮਿਲੇਗਾ ਤੇ ਇਸ ਸੰਬੰਧੀ ਵੱਖਰੇ ਤੌਰ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ। ਡੋਵਾਲ 1968 ਬੈਚ ਦੇ ਆਈਪੀਐਸ ਅਧਿਕਾਰੀ ਹਨ 2005 ਦੇ ਵਿੱਚ ਉਹ ਆਈਬੀ ਯਾਨੀ ਕਿ ਇੰਟੈਲੀਜੈਂਸ ਬਿਊਰੋ ਦੇ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਜਦੋਂ ਮੋਦੀ ਸਰਕਾਰ ਬਣੀ ਸੀ ਤਾਂ 2014 ਦੇ ਵਿੱਚ ਪਹਿਲੀ ਵਾਰੀ ਉਹਨਾਂ ਨੂੰ ਐਨਐਸਏ ਬਣਾਇਆ ਗਿਆ ਸੀ ਤੇ ਹੁਣ 2024 ਆ ਗਿਆ ਹੈ ਲਗਾਤਾਰੋਂ ਐਨਐਸਏ ਹੀ ਲੋਕ ਸਭਾ ਚੋਣਾਂ ਦੀ ਜੰਗ ਫਤਿਹ ਕਰਨ ਤੋਂ ਬਾਅਦ ਹੁਣ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਮਿਲਣੀ ਪ੍ਰੋਗਰਾਮ ਵਢਣ ਜਾ ਰਹੇ ਨੇ ਇਸ ਦਾ ਆਗਾਜ਼ ਅੱਜ ਤੋਂ ਕਰਨਗੇ ਇਸ ਪ੍ਰੋਗਰਾਮ ਦੇ ਤਹਿਤ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕਾਂਗਰਸ ਭਵਨ ਦੇ ਵਿੱਚ ਪ੍ਰਧਾਨ ਵੜਿੰਗ ਬੈਠਣਗੇ ਜੋ ਵਿਅਕਤੀ ਉਹਨਾਂ ਨੂੰ ਮਿਲਣਾ ਚਾਹੁੰਦਾ ਉਸ ਨਾਲ ਮੁਲਾਕਾਤ ਕਰਨਗੇ ਇਸ ਪ੍ਰੋਗਰਾਮ ਦੇ ਵਿੱਚੋ ਲੋਕਾਂ ਦੀਆਂ ਦਿੱਕਤਾਂ ਅਤੇ ਸੁਝਾਵਾਂ ਨੂੰ ਸੁਣਨਗੇ ਚੋਣਾਂ ਤੋਂ ਬਾਅਦ ਇਹ ਕਾਂਗਰਸ ਦੀ ਨਵੀਂ ਪਹਿਲ ਕਹੀ ਜਾ ਸਕਦੀ ਹੈ ਇਸ ਤੋਂ ਇਲਾਵਾ ਪਾਰਟੀ ਦੀ ਨਜ਼ਰ ਹੁਣ ਜਲੰਧਰ ਵੈਸਟ ਦੀਆਂ ਉਪਚੋਣਾਂ ਤੇ ਵੀ ਲੱਗੀ ਹੋਈ ਹੈ ਤੇ ਉਸ ਦੀ ਕਵਾਇਦ ਦੇ ਵਿੱਚ ਇਹ ਸਰਗਰਮੀ ਕਹੀ ਜਾ ਸਕਦੀ ਹੈ ਯੂਨਾਈਟਿਡ ਅਰਬ ਏਮੀਰੇਟਸ ਦੇ ਕੁਵੈਤ ਦੀ 7 ਮੰਜ਼ਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਖਤਮ ਹੋਏ ਵਿਅਕਤੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਇਹਨਾਂ ਦੇ ਵਿੱਚੋਂ 42 ਨਹੀਂ ਬਲਕਿ 45 ਭਾਰਤੀਆਂ ਦੀਆਂ ਦੇਹਾਂ ਦੀ ਸ਼ਨਾਖਤ ਹੋਈ ਹੈ ਤਿੰਨ ਫਿਲੀਪਾਈਨਸ ਦੇ ਨਾਗਰਿਕ ਵੀ ਸ਼ਾਮਲ ਹਨ ਜਦਕਿ ਇੱਕ ਦੀ ਹਾਲੇ ਪਛਾਣ ਨਹੀਂ ਹੋਈ ਦੱਖਣੀ ਸ਼ਹਿਰ ਮੰਗਾਫ ਦੀ ਇਸ ਇਮਾਰਤ ਵਿੱਚ 196 ਵਿਦੇਸ਼ੀ ਕਾਮੇ ਰਹਿੰਦੇ ਸਨ ਬੁੱਧਵਾਰ ਨੂੰ ਅੱਗ ਲੱਗਣ ਕਾਰਨ 49 ਦੀ ਜਾਨ ਚਲੀ ਗਈ ਸੀ 50 ਜ਼ਖਮੀ ਹੋਏ ਸਨ ਪੁਲਿਸ ਨੇ ਇਸ ਮਾਮਲੇ 'ਚ ਇੱਕ ਕੁਵੈਤੀ ਨਾਗਰਿਕ ਤੇ ਕਈ ਵਿਦੇਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਕੇਰਲਾ ਸਰਕਾਰ ਨੇ ਇੱਕ ਵਹਿਤ ਅਗਨੀ ਕਾਂਡ ਦੇ ਵਿੱਚ ਖਤਮ ਹੋਏ ਸੂਬੇ ਦੇ ਵਿਅਕਤੀਆਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ مالی ਮਦਦ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਪਿੰਨਰਾਈ ਵਿਜੇਨ ਦੀ ਅਗਵਾਈ ਹੇਠ ਕੱਲ ਸਵੇਰੇ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਅਰਬ ਟਾਈਮਜ਼ ਅਖਬਾਰ ਨੇ ਉਪ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਸ਼ੇਖ ਫਾਹਦ ਅਲ ਯੂਸਫ ਅਲ ਸਬਾ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ ਦੇਹ ਦੀ شناخت ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਵੀਂ ਦਿੱਲੀ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਕੁਵੈਤ ਵੱਲੋਂ ਦੇਹਾਂ ਦੇ ਡੀਐਨਏ ਟੈਸਟ ਕੀਤੇ ਜਾ ਰਹੇ ਨੇ ਅਗਨੀ ਕਾਂਡ ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਵਾਪਸ ਲਿਆਉਣ ਲਈ ਭਾਰਤੀ ਹਵਾਈ ਫੌਜ ਦਾ ਜਹਾਜ਼ ਅੱਜ ਰਾਤ ਕੁਵੈਤ ਲਈ ਰਵਾਨਾ ਹੋਵੇਗਾ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਲਗਾਤਾਰ ਉੱਥੇ ਮੌਜੂਦ ਨੇ। ਉਹਨਾਂ ਦੇ ਉਹਨਾਂ ਨੇ ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲੀਯਾ ਨਾਲ ਮੁਲਾਕਾਤ ਕੀਤੀ ਤੇ ਹਾਦਸੇ ਦੀ ਠੋਕਮੀ ਜਾਂਚ ਤੇ ਹਰ ਸੰਭਵ ਮਦਦ ਦੇਣ ਦਾ ਯਾਯਾ ਨੇ ਵਰਦਨ ਸਿੰਘ ਨੂੰ ਭਰੋਸਾ ਦਿੱਤਾ। ਕੀਰਤੀ ਵਰਦਨ ਸਿੰਘ ਨੇ ਜ਼ਖਮੀ ਹੋਏ ਭਾਰਤੀਆਂ ਨਾਲ ਮੁਬਾਰਕ ਅਲ ਕਬੀਰ ਹਸਪਤਾਲ ਦੇ ਵਿੱਚ ਮੁਲਾਕਾਤ ਕੀਤੀ ਤੇ ਭਾਰਤ ਸਰਕਾਰ ਵੱਲੋਂ ਪੂਰੀ ਹਮਾਇਤ ਦਾ ਭਰੋਸਾ ਦਿਵਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਾਦਸੇ ਤੇ ਦੁੱਖ ਪ੍ਰਗਟਾਉਂਦਿਆਂ ਪੀੜਿਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਪਰਮਾਤਮਾ ਮੂਰੇ ਵਿਛੜੀਆਂ ਰੋਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਤੇ ਪੰਜਾਬੀ ਵੀ ਸੰਕਟ ਦੀ ਘੜੀ ਵਿੱਚ ਪੀੜਿਤ ਪਰਿਵਾਰਾਂ ਦੇ ਨਾਲ ਖੜੇ ਨੇ। ਜ਼ਾਹਿਰ ਤੌਰ ਤੇ ਕੁਵੈਦ ਦੇ ਅਗਨੀ ਕਾਂਡ ਦੇ ਵਿੱਚ ਜਾਨ ਗਵਾਉਣ ਵਾਲੇ ਭਾਰਤੀਆਂ ਦੇ ਵਿੱਚੋਂ ਪੰਜਾਬੀ ਵੀ ਸ਼ਾਮਲ ਹੋਣਗੇ ਤੇ ਜ਼ਖਮੀਆਂ ਦੇ ਵਿੱਚ ਵੀ ਪੰਜਾਬੀ ਜ਼ਰੂਰ ਹੋਣਗੇ। ਕੇਰਲਾ ਦੇ ਸਿਹਤ ਮੰਤਰੀ ਵੀਨਾ ਜੋਰਜ ਵੀ ਕੱਲ ਕੁਵੈਤ ਪਹੁੰਚ ਗਏ। ਉਹਨਾਂ ਕਿਹਾ ਕਿ ਜਿਵੇਂ ਹੀ ਦੇਹਾਂ ਦੀ ਪਛਾਣ ਹੋਵੇਗੀ ਪਰਿਵਾਰ ਵਾਲਿਆਂ ਨੂੰ ਇਤਲਾਹ ਕਰਕੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ। No, we have made all the required arrangements for receiving the bodies, and then uh, uh, we have uh, liaised and coordinated with the family members of the victims. And once uh, uh, the bodies are received here, after uh, like uh, they would be uh, pri properly escorted to their uh, respective places. But to MP Dr. Taramvir Gandhi, that rajpura Chandigarh, Line the line, ਕੇਂਦਰੀ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਮਦਦ ਨਹੀਂ ਲਵਾਗਾ ਭਾਵੇਂ ਕਿ ਰਵਨੀਤ ਬਿੱਟੂ ਨਵੇਂ ਬਣੇ ਕੇਂਦਰੀ ਰੇਲਵੇ ਰਾਜ ਮੰਤਰੀ ਹਨ ਪਰ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਵਿਛਾਉਣ ਲਈ ਮਦਦ ਲੈਣ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਇਨਕਾਰ ਕਰ ਦਿੱਤਾ ਹੈ ਡਾਕਟਰ ਗਾਂਧੀ ਨੇ ਕਿਹਾ ਕਿ ਉਹ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਆਉਂਦੇ ਦਿਨਾਂ 'ਚ ਟਰੈਕਟਰ ਮਾਰਚ ਕੱਢਣਗੇ ਤਾਂ ਜੋ ਟਰਾਂਸਪੋਰਟ ਮਾਫੀਆ ਦੀ ਗੁਲਾਮੀ ਦੇ ਵਿੱਚ ਰੇਲ ਲਾਈਨ ਲਈ ਜ਼ਮੀਨ ਐਕਵਾਇਰ ਨਾ ਕਰਨ ਵਾਲੀ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਾਉਣ ਦੇ ਲਈ ਦਬਾਅ ਬਣਾਇਆ ਜਾ ਸਕੇ ਡਾਕਟਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਹਿਯੋਗੀਆਂ ਦੇ ਵੱਲੋਂ ਕਾਂਗਰਸੀ ਵਰਕਰਾਂ ਦੀ ਕੁੱਟਮਾਰ ਦੀ ਨਿਖੇਦੀ ਵੀ ਕੀਤੀ ਗਈ ਉਹਨਾਂ ਚੇਤਾਵਨੀ ਦਿੱਤੀ ਕਿ ਜੇ 2 ਦਿਨਾਂ ਤੱਕ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜ਼ਿਲ੍ਹਾ ਕਾਂਗਰਸ ਸਖਤ ਕਦਮ ਚੁੱਕੇਗੀ ਉਹਨਾਂ ਦੱਸਿਆ ਕਿ ਸਨੌਰ ਤੋਂ ਕਾਂਗਰਸ ਦਾ ਜ਼ਿਲ੍ਹਾ ਜਨਰਲ ਸਕੱਤਰ ਜੁਗਿੰਦਰ ਸਿੰਘ ਕਾਬੜਾ ਜਦੋਂ ਪਿੰਡ ਰੋਸ਼ਨਪੁਰ ਝੁੱਗੀਆਂ ਦੇ ਵਿੱਚ ਕੁਸ਼ਤੀ ਦੰਗਲ ਦਾ ਰਿਬਨ ਕੱਟ ਕੇ ਆ ਰਿਹਾ ਸੀ ਤਾਂ ਉਸ ਤੇ ਵਿਧਾਇਕ ਦੇ ਪੀਏ ਤੇ ਉਸ ਦੇ ਸਾਥੀਆਂ ਨੇ ਕਥਿਤ ਹਮਲਾ ਕੀਤਾ ਤੇ ਉਹਨੇ ਭੱਜ ਕੇ ਜਾਨ ਬਚਾਈ ਪੰਜਾਬ ਵਕਫ ਬੋਰਡ ਨੇ 17 ਜੂਨ ਨੂੰ ਆ ਰਹੀ Eid ul Zuha ਯਾਨੀ ਕਿ ਬਕਰੀਦ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਦੀਆਂ ਵੱਖ-ਵੱਖ ਮਸਜਿਦਾਂ ਦੇ ਵਿਕਾਸ ਲਈ ਲਗਭਗ 3.5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ ਜਿਸ ਵਿੱਚ 150 ਫਾਈਲਾਂ ਨੂੰ ਕਲੀਅਰ ਕੀਤਾ ਗਿਆ ਹੈ ਇਹਨਾਂ ਦੇ ਵਿੱਚ ਕਬਰਸਤਾਨਾ ਇਸਲਾਮਿਕ ਸਕੂਲ ਮਸਜਿਦਾਂ ਦਰਗਾਹਾਂ ਦੇ ਵਿਕਾਸ ਤੇ ਮੁਰੰਮਤ ਦਾ ਕੰਮ ਸ਼ਾਮਲ ਹੈ ਬੋਰਡ ਦੇ ਪ੍ਰਸ਼ਾਸਕ ਤੇ ADGP ਐਮ ਐਮ ਫਾਰੂਕੀ ਨੇ ਕਿਹਾ ਕਿ ਪੰਜਾਬ ਵਕਫ ਬੋਰਡ ਆਪਣੇ ਸਕੂਲਾਂ ਹਸਪਤਾਲਾਂ ਤੇ ਮੁਲਾਜ਼ਮਾਂ ਤੋਂ ਇਲਾਵਾ ਜੂਨੀਅਰ ਤੋਂ ਲੈ ਕੇ ਸੀਨੀਅਰ ਪੱਧਰ ਦੇ ਅਧਿਕਾਰੀਆਂ ਨਾਲ ਵੀ ਈਦ-ਉਲ-ਜ਼ੁਹਾ ਦਾ ਖੁਸ਼ੀ ਸਾਂਝੀ ਕਰ ਰਿਹਾ ਹੈ ਇਸ ਲਈ 37 ਲੱਖ ਰੁਪਏ ਦੀ ਵੱਖਰੀ ਗ੍ਰਾਂਟ ਜਾਰੀ ਕੀਤੀ ਗਈ ਹੈ ਹਰੇਕ ਕਰਮਚਾਰੀ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਤਾਂ ਜੋ ਬਕਰੀ ਦਾ ਤਿਹਾਰ ਵਧੀਆ ਤਰੀਕੇ ਨਾਲ ਮਨਾ ਸਕਣ ਚੰਡੀਗੜ੍ਹ ਵਾਸੀਆਂ ਦੇ ਲਈ ਕੁਝ ਖਾਸ ਤੇ ਵੱਡੀਆਂ ਖਬਰਾਂ ਨੇ ਪਹਿਲੀ ਤਾਂ ਇਹ ਹੈ ਕਿ ਚੰਡੀਗੜ੍ਹ ਵਿੱਚ ਪਾਰਕਿੰਗ ਦੇ ਨਵੇਂ ਰੇਟ ਤੈਅ ਕਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਪਹਿਲੇ 20 ਮਿੰਟ ਲਈ ਮੁਫਤ ਰਹਿਣਗੀਆਂ ਪਿਕ ਐਂਡ ਡ੍ਰੌਪ ਦਾ ਕੋਈ ਚਾਰਜ ਨਹੀਂ ਲਿਆ ਜਾਊਗਾ ਇਸ ਤੋਂ ਬਾਅਦ ਬਾਈਕ ਸਕੂਟੀ ਵਰਗੇ ਦੁਪਈਆ ਵਾਹਨ ਦੇ 4 ਘੰਟੇ ਦੇ ਲਈ 7 ਰੁਪਏ ਤੇ ਕਾਰ ਦੇ 15 ਰੁਪਏ ਲਏ ਜਾਣਗੇ 8 ਘੰਟਿਆਂ ਦੇ ਲਈ ਕਾਰ ਦੇ 20 ਰੁਪਏ ਦੇਣੇ ਪੈਣਗੇ ਇਹਦੇ ਵਿੱਚ ਦੇਰੀ ਹੋਈ ਤਾਂ ਹਰੇਕ ਘੰਟੇ ਦੇ 10 ਰੁਪਏ ਵੱਖਰੇ ਤੌਰ ਤੇ ਦੇਣੇ ਪੈਣਗੇ ਸਿਟੀ ਬਿਊਟੀਫੁੱਲ ਦੇ ਵਿੱਚ 스마트 ਪਾਰਕਿੰਗ ਲਾਗੂ ਕਰਨ ਲਈ ਰਾਹ ਪੱਧਰਾ ਕਰਦਿਆ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਕੱਲ ਨਗਰ ਨਿਗਮ ਦੇ ਵੱਲੋਂ ਸੰਚਾਲਿਤ 99 ਪਾਰਕਿੰਗਾਂ ਦੇ ਵਿੱਚ ਲਾਗੂ ਹੋਣ ਵਾਲੀਆਂ ਨਵੀਆਂ ਪਾਰਕਿੰਗ ਦਰਾਂ ਨੂੰ ਪ੍ਰਵਾਨਗੀ ਦਿੱਤੀ ਹੈ ਮਿਨੀ ਬੱਸ ਕੈਬ ਤੇ ਟੈਕਸੀ ਵਰਗੇ ਕਮਰਸ਼ੀਅਲ ਵਾਹਨਾਂ ਦੇ ਲਈ ਪਾਰਕਿੰਗ ਦਾ ਵੱਖਰਾ ਰੇਟ ਤੈਅ ਕੀਤਾ ਗਿਆ ਹੈ। ਉਹਨਾਂ ਨੂੰ 20 ਮਿੰਟ ਲਈ 10 ਰੁਪਏ ਦੇਣੇ ਪੈਣਗੇ 20 ਮਿੰਟਾਂ ਤੋਂ 4 ਘੰਟਿਆਂ ਦੇ ਲਈ ਸਿਰਫ 30 ਰੁਪਏ 4 ਤੋਂ 8 ਘੰਟਿਆਂ ਲਈ 35 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਹਰੇਕ ਘੰਟੇ ਦਾ 15 ਰੁਪਏ ਵਾਧੂ ਚਾਰਜ ਲੱਗੇਗਾ। ਜੇ ਕਿਸੇ ਨੇ 12 ਘੰਟੇ ਲਈ ਚੰਡੀਗੜ੍ਹ ਦੀ ਕਿਸੇ ਵੀ ਪਾਰਕਿੰਗ ਦਾ ਪਾਸ ਬਣਵਾਉਣਾ ਹੈ ਤਾਂ ਉਹਦੇ ਲਈ 100 ਰੁਪਏ ਦੇਣੇ ਪੈਣਗੇ ਤੇ ਮਹੀਨਾਵਾਰ ਪਾਸ ਦੇ ਲਈ 800 ਰੁਪਏ ਲੱਗਣਗੇ। ਇਹ ਵੀ ਫੈਸਲਾ ਲਿਆ ਗਿਆ ਕਿ ਟ੍ਰਾਈ ਸਿਟੀ ਤੋਂ ਬਾਹਰ ਦੇ ਨਾਗਰਿਕਾਂ ਨੂੰ ਚੰਡੀਗੜ੍ਹ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਦੇ ਵਿੱਚ ਆਪਣੇ ਵਾਹਨ پارک ਕਰਨ ਦੇ ਲਈ ਕੋਈ ਵਾਧੂ ਫੀਸ ਨਹੀਂ ਦੇਣੀ ਪਊਗੀ। ਪਿਕਾਡਲੀ ਮਾਲ ਦੇ ਬਾਹਰ ਨਿੱਜੀ ਵਾਹਨਾਂ ਦੇ ਲਈ ਪਹਿਲੇ 4 ਘੰਟਿਆਂ ਦੀ ਫੀਸ 50 ਰੁਪਏ 4 ਤੋਂ 8 ਘੰਟੇ ਦੀ ਫੀਸ 70 ਤੇ ਇਸ ਤੋਂ ਬਾਅਦ 20 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਾਰਜ ਲਿਆ ਜਾਊਗਾ ਕਮਰਸ਼ੀਅਲ ਵਹੀਕਲ ਦੇ ਲਈ ਟਿਕਟ ਪਿਕਾਡਲੀ ਮਾਲ ਦੇ ਬਾਹਰ ਪਹਿਲੇ 4 ਘੰਟਿਆਂ ਦੇ ਲਈ 250 4 ਤੋਂ 8 ਘੰਟੇ ਲਈ 410 ਰੁਪਏ ਤੇ ਇਸ ਤੋਂ ਬਾਅਦ 30 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਪੈਸੇ ਲੱਗਣਗੇ ਸੂ ਪਾਰਕਿੰਗ ਦੀਆਂ ਨਵੀਆਂ ਦਰਾਂ ਤਹਿਤ ਪਹਿਲੇ 20 ਮਿੰਟ ਫ੍ਰੀ ਪਾਰਕਿੰਗ ਨਾਲ ਜਿੱਥੇ ਚੰਡੀਗੜ੍ਹ ਵਾਸੀਆਂ ਨੂੰ ਰਾਹਤ ਦਿੱਤੀ ਗਈ ਹੈ ਉੱਥੇ ਹੀ ਇੱਕ ਝਟਕੇ ਵਾਲੀ ਖਬਰ ਇਹ ਹੈ ਕਿ ਚੰਡੀਗੜ੍ਹੀਆਂ ਨੂੰ ਮੁਫਤ ਪਾਣੀ ਦੇਣ ਦਾ ਏਜੰਡਾ ਰੱਦ ਕਰ ਦਿੱਤਾ ਗਿਆ ਹੈ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਮੁਫਤ ਪਾਣੀ ਮੁਹੱਈਆ ਕਰਵਾਉਣ ਦੇ ਏਜੰਡੇ ਨੂੰ ਕੱਲ ਹੀ ਰੱਦ ਕੀਤਾ ਗਿਆ। ਪ੍ਰੋਹਿਤ ਨੇ ਕਿਹਾ ਕਿ ਸ਼ਹਿਰ ਨੂੰ ਪਾਣੀ ਮੁਹੱਈਆ ਕਰਵਾਉਣ ਦੇ ਪਿਛਲੇ 2 ਵਿੱਤੀ ਵਰਿਆਂ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਤੇ ਖਰਚਾ ਜ਼ਿਆਦਾ ਹੋ ਰਿਹਾ ਹੈ। ਆਮਦਨ ਪਹਿਲਾਂ ਹੀ ਘੱਟ ਹੈ ਤੇ ਜੇ ਚੰਡੀਗੜ੍ਹ ਵਾਸੀਆਂ ਨੂੰ ਮੁਫਤ ਪਾਣੀ ਦਿੰਦੇ ਰਹੇ ਤਾਂ ਪਹਿਲਾਂ ਤੋਂ ਹੀ ਪੈ ਰਿਹਾ 97 ਕਰੋੜ ਦਾ ਘਾਟਾ 157 ਕਰੋੜ ਤੇ ਪਹੁੰਚ ਜਾਊਗਾ। ਦੂਸਰੀ ਪਾਸੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਸੈ ਇੰਚਾਰਜ ਸੰਨੀ ਆਲੂ ਵਾਲੀਆ ਨੇ ਪ੍ਰਸ਼ਾਸਕ ਦੇ ਫੈਸਲੇ ਦੀ ਨਿਖੇਧੀ ਕੀਤੀ। ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਨਵੇਂ ਚੁਣੇ ਗਏ ਮੇਅਰ ਕੁਲਦੀਪ ਕੁਮਾਰ ਅਤੇ ਕਾਉਂਸਲਰਾਂ ਨੇ ਸ਼ਹਿਰ ਵਾਸੀਆਂ ਨੂੰ 20000 ਲੀਟਰ ਮੁਫਤ ਪਾਣੀ ਦੇਣ ਦਾ ਮਤਾ ਪਾਸ ਕੀਤਾ ਸੀ ਜਿਸ ਨੂੰ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਫਾਈਲਾਂ ਉਹਨਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਖਾਲਜ ਕਰ ਦਿੱਤਾ ਗਿਆ। ਸੋ ਬਨਵਾਰੀ ਲਾਲ ਪ੍ਰੋਹਿਤ ਦੇ ਇਸ ਫੈਸਲੇ ਦੇ ਨਾਲ ਇੰਡੀਆ ਗੱਠਜੋੜ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਨੂੰ ਜ਼ਰੂਰ ਝਟਕਾ ਲੱਗਿਆ ਹੈ ਕਿਉਂਕਿ ਇੰਡੀਆ ਗੱਠਜੋੜ ਦੇ ਲੋਕ ਸਭਾ ਮੈਂਬਰ ਮਨੀਸ਼ ਦਿਵਾੜੀ ਨੇ ਵੀ ਪ੍ਰਚਾਰ ਦੌਰਾਨ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ ਹੈ। ਚੰਡੀਗੜ੍ਹ ਵਾਸੀਆਂ ਦੇ ਲਈ ਇੱਕ ਅਲਰਟ ਵਾਲੀ ਖਬਰ ਇਹ ਹੈ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੋਰੀਆਂ ਹੋ ਰਹੀਆਂ ਨੇ। ਕੱਲ 3-ਵੀਲਰ ਤੇ ਕਾਰ ਚੋਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ। ਪਹਿਲੀ ਘਟਨਾ ਤਨਾਸ ਦੇ ਵਿੱਚ ਵਾਪਰੀ ਹੈ ਜਿੱਥੋਂ 3-ਵੀਲਰ ਚੋਰੀ ਹੋਇਆ ਤੇ ਦੂਸਰੀ ਘਟਨਾ ਸੈਕਟਰ 40 ਦੇ ਵਿੱਚ ਵਾਪਰੀ ਹੈ ਜਿੱਥੋਂ ਕੋਈ ਕਾਰ ਚੋਰੀ ਕਰਕੇ ਫਰਾਰ ਹੋ ਗਿਆ ਇਹ ਕਾਰ ਮੁਹਾਲੀ ਦੀ ਰਹਿਣ ਵਾਲੀ ਇੱਕ ਔਰਤ ਦੀ ਹੈ ਵਿਦਿਆਰਥੀਆਂ ਦੇ ਲਈ ਖਾਸ ਖਬਰ ਹੈ ਕਿ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਿਆਂ ਲਈ ਆਨਲਾਈਨ ਸਾਂਝਾ ਪ੍ਰੋਸਪੈਕਟਸ ਜਾਰੀ ਕਰ ਦਿੱਤਾ ਗਿਆ ਹੈ ਤੇ ਅੰਡਰਗ੍ਰੈਜੂਏਟ ਕੋਰਸਾਂ ਦੇ ਲਈ ਦਾਖਲਾ ਫਾਰਮ ਤੁਸੀਂ 1 ਜੁਲਾਈ ਤੱਕ ਜਮ੍ਹਾਂ ਕਰਵਾ ਸਕਦੇ ਹੋ ਜਦਕਿ ਗੈਰ ਕੇਂਦਰੀਕ੍ਰਿਤ ਕੋਰਸਾਂ ਦੇ ਲਈ ਦਾਖਲਾ 15 ਜੁਲਾਈ ਤੋਂ ਸ਼ੁਰੂ ਹੋਵੇਗਾ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹਨ ਪਰ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਉਮੀਦਵਾਰ ਦੇ ਨਾਮ ਦਾ ਐਲਾਨ ਹੀ ਨਹੀਂ ਕੀਤਾ ਆਮ ਆਦਮੀ ਪਾਰਟੀ ਲਈ ਇਹ ਸੀਟ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਇੱਥੋਂ ਜਿੱਤੇ ਸਨ ਫਿਰ ਹੁਣ ਐਤਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਐਤ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਜ਼ਿਮਨੀ ਚੋਣ ਹੋਈ ਸੀ ਤਾਂ ਸ਼ੀਤਲ ਅੰਗਰਾਲ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ ਉਹ ਜਿੱਤੇ ਸਨ ਪਰ ਐਤ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਦੇ ਵਿੱਚ ਚਲੇ ਗਏ ਤੇ ਫਿਰ ਸੱਤਾ ਧਿਰ ਨੇ ਅਕਾਲੀ ਦਲ ਚੁਲਿਆ ਕੇ ਪਵਨ ਕੁਮਾਰ ਟੀਨੂ ਤੇ ਦਾਅ ਖੇਡਿਆ ਪਰ ਉਹ ਵੀ ਜਿੱਤ ਨਹੀਂ ਸਕੇ ਤੇ ਹੁਣ ਸੱਤਾਧਿਰ ਇੱਥੋਂ ਕਿਹੜੇ ਉਮੀਦਵਾਰ ਤੇ ਦਾਅ ਖੇਡੇਗੀ ਕਿਹੜੇ ਲੀਡਰ ਨੂੰ ਮੈਦਾਨ ਦੇ ਵਿੱਚ उतਾਰੇਗੀ ਇਹ ਸਭ ਤੋਂ ਵੱਡਾ ਚੈਲੰਜ ਹੈ ਦੂਸਰੇ ਪਾਸੇ ਭਾਜਪਾ ਦੇ ਲਈ ਵੀ ਇਹ ਸਰਦਰਦੀ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਸ਼ੀਤ ਲੰਗਰਾਲ ਦੂਸਰੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਦੋਨਾਂ ਦੇ ਵਿੱਚੋਂ ਭਾਜਪਾ ਇਸ ਜਿਮਨੀ ਚੋਣ ਲਈ ਕਿਸ ਨੂੰ ਚੁਣੇਗੀ ਇਹ ਭਾਜਪਾ ਦੇ ਲਈ ਚੈਲੰਜ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਵੈਸੇ ਵੀ ਇੰਨੀ ਵੱਡੀ ਹਾਰ ਤੋਂ ਬਾਅਦ ਸਿਰ ਨਹੀਂ ਚੁੱਕ ਪਾਰਿਆ ਪਰ ਫਿਰ ਵੀ ਪਾਰਟੀ ਇੱਥੇ ਉਮੀਦਵਾਰ ਤਾਂ ਖੜਾ ਕਰੇਗੀ ਜੋ ਅੰਦਾਜ਼ੇ ਲਾਏ ਜਾ ਰਹੇ ਨੇ ਪਰ ਕੌਣ ਹੋਊਗਾ ਕੁਝ ਨਹੀਂ ਪਤਾ ਕਾਂਗਰਸ ਵੱਡੀ ਜਿੱਤ ਤੋਂ ਬਾਅਦ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ ਪਰ ਕਾਂਗਰਸ ਨੇ ਵੀ ਇੱਥੇ ਕੈਂਡੀਡੇਟ ਦੀ ਅਨਾਉਂਸਮੈਂਟ ਨਹੀਂ ਕੀਤੀ ਅੱਜ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਜ਼ਾਹਿਰ ਹੈ ਕਿ ਅੱਜ ਪਹਿਲੇ ਦਿਨ ਕੋਈ ਵੀ ਕੈਂਡੀਡੇਟ ਨਾਮਜ਼ਦਗੀ ਭਰਨ ਨਹੀਂ ਜਾਏਗਾ ਹੋ ਸਕਦਾ ਕੋਈ ਆਜ਼ਾਦ ਉਮੀਦਵਾਰ ਭਾਵੇਂ ਚਲਾ ਜਾਵੇ ਪਰ ਪਾਰਟੀਆਂ ਵੱਲੋਂ ਕੋਈ ਨਹੀਂ ਜਾਏਗਾ ਕਿਉਂਕਿ ਕੋਈ ਅਨਾਉਂਸਮੈਂਟ ਹੀ ਨਹੀਂ ਹੋਈ 21 ਜੂਨ ਤੱਕ ਪਾਰਟੀਆਂ ਨੂੰ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨੇ ਪੈਣਗੇ ਕਿਉਂਕਿ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ 26 ਜੂਨ ਰਹੇਗੀ ਉਸ ਤੋਂ ਬਾਅਦ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆ ਜਾਣਗੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੌੜ ਵਿੱਚ ਮਹਿੰਦਰ ਭਗਤ ਕਹਿੰਦੇ ਮੋਰੀ ਜ਼ਰੂਰ ਦੱਸੇ ਜਾ ਰਹੇ ਨੇ ਪਿਛਲੇ ਸਾਲ ਹੀ ਭਾਜਪਾ ਛੱਡ ਕੇ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸਨ ਇਸ ਸੀਟ ਦਾ ਇਤਿਹਾਸ ਦੇਖ ਲਈਏ ਤਾਂ ਬਹੁਤੀ ਵਾਰੀ ਇੱਥੇ ਕਾਂਗਰਸ ਅਤੇ ਬੀਜੇਪੀ ਦਾ ਹੀ ਕਬਜ਼ਾ ਰਿਹਾ ਹੈ ਤੇ 2022 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਇੱਥੇ ਜਿੱਤੀ ਸੀ ਨਵੀਂ ਚੁਣੀ ਗਈ ਲੋਕ ਸਭਾ ਦੇ ਨਵੇਂ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ ਲੋਕ ਸਭਾ ਸਕੱਤਰਤ ਨੇ ਕਿਹਾ ਕਿ ਸਪੀਕਰ ਦੇ ਅਹੁਦੇ ਲਈ ਉਮੀਦਵਾਰਾਂ ਦੀ ਹਮਾਇਤ ਵਾਲੇ ਮਤੇ ਇੱਕ ਦਿਨ ਪਹਿਲਾਂ ਯਾਨੀ ਕਿ 25 ਜੂਨ ਨੂੰ ਦੁਪਹਿਰ 12 ਵਜੇ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ ਸਕੱਤਰਤ ਨੇ ਨਿਯਮਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੋਈ ਵੀ ਮੈਂਬਰ ਸਪੀਕਰ ਦੇ ਅਹੁਦੇ ਲਈ ਖੁਦ ਆਪਣੇ ਨਾਮ ਦੀ ਤਜਵੀਜ਼ ਨਹੀਂ ਰੱਖ ਸਕਦਾ ਮਤੇ ਲਈ ਨੋਟਿਸ ਦੀ ਕਿਸੇ ਤੀਸਰੇ ਮੈਂਬਰ ਵੱਲੋਂ ਤਾਇਦ ਕੀਤੀ ਜਾਊਗੀ ਚੋਣ ਲੜਨ ਵਾਲੇ ਉਮੀਦਵਾਰ ਵੱਲੋਂ ਬਿਆਨ ਲੱਗੂਗਾ ਕਿ ਚੁਣੇ ਜਾਂਦੇ ਹੋ ਸਪੀਕਰ ਵੱਜੋਂ ਸੇਵਾਵਾਂ ਦੇਣ ਲਈ ਤਿਆਰ ਹੈ ਤੇ ਉਸੇ ਐਪਲੀਕੇਸ਼ਨ ਨੂੰ ਮਨਜ਼ੂਰ ਕੀਤਾ ਜਾਊਗਾ 18ਵੀਂ ਲੋਕ ਸਭਾ ਦਾ ਪਹਿਲਾ اجلاس 24 ਜੂਨ ਤੋਂ 3 ਜੁਲਾਈ ਤੱਕ ਚੱਲੂਗਾ ਤੇ ਪਹਿਲੇ 2 ਦਿਨ ਨਵੇਂ ਚੁਣੇ ਮੈਂਬਰਾਂ ਨੂੰ ਹਲਫ ਦਵਾਇਆ ਜਾਵੇਗਾ ਜਦਕਿ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 26 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਸੋ ਇਸ ਦਰਮਿਆਨ ਦੇਖਣਾ ਕਾਫੀ ਅਹਿਮ ਰਹੇਗਾ ਕਿ ਭਾਈਵਾਲਾਂ ਦੇ ਵਿੱਚੋਂ ਕਿਹੜੀਆਂ ਪਾਰਟੀਆਂ ਸਪੀਕਰ ਦਾ ਅਹੁਦਾ ਮੰਗਦੀਆਂ ਨੇ ਹਾਲਾਂਕਿ ਪਹਿਲਾਂ ਹੀ ਇਹ ਖਬਰਾਂ ਆ ਚੁੱਕੀਆਂ ਸਨ ਅਧਿਕਾਰਤ ਬਿਆਨ ਤੱਕ ਕੋਈ ਨਹੀਂ ਆਇਆ ਕਿ TDP ਦੇ ਚੰਦਰਬਾਬੂ ਨਾਇਡੂ ਨੇ ਆਪਣੀ ਪਾਰਟੀ ਲਈ ਸਪੀਕਰ ਦਾ ਅਹੁਦਾ ਮੰਗਿਆ ਹੈ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਕਿਹਾ ਹੈ ਕਿ ਮੰਤ్రਾਲਿਆਂ ਦੇ ਵਿੱਚ ਤਾਂ ਭਾਈਵਾਲਾਂ ਨੂੰ ਕੁਝ ਖਾਸ ਮਿਲਿਆ ਨਹੀਂ TDP ਅਤੇ JDU ਯਾਨਕਿ ਨਿਤਿਸ਼ ਕੁਮਾਰ ਤੇ ਨਾਇਡੂ ਅਸੰਤੋਸ਼ ठान ਹੁਣ ਕਹਿੰਦੇ ਸਪੀਕਰ ਦਾ ਅਹੁਦਾ ਲੈਣ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਦੇਖਣਾ ਹੋਊਗਾ ਕਿ ਸਪੀਕਰ ਕਿਹੜੀ ਪਾਰਟੀ ਦਾ ਬਣਦਾ ਹੈ